ਜਿਹੜੀ ਸ਼ਬਦਾਵਲੀ ਸੀ ਉਹ ਬਹੁਤ ਹੀ ਘਟੀਆ ਸੀਗੀ ਕਿ ਐਸੀ ਕਮਿਊਨਿਟੀ ਦਾ ਕੰਪੈਰੀਜ਼ਨ ਉਹਨਾਂ ਨੇ ਜੁੱਤੀ ਦੇ ਨਾਲ ਕੀਤਾ। ਕੋਨੇ ਦੇ ਵਿੱਚ ਇਹ ਸੋਚ ਵੀ ਸੀ ਕਿ ਸ਼ਾਇਦ ਉਹ ਕਿਸੇ ਤਰ੍ਹਾਂ CM ਜਿਹੜਾ ਉਹ ਪਿਛਲੇ ਦਿਨਾਂ ਦੇ ਵਿੱਚ ਚੇਂਜਸ ਹੋਈਆਂ ਨੇ ਕਿ ਉਹ CM ਨਹੀਂ ਬਣ ਸਕੇ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਿਸੇ ਖਾਸ ਕਮਿਊਨਿਟੀ ਨੂੰ ਲੈ ਕੇ ਇਸ ਤਰ੍ਹਾਂ ਦੇ ਕਮੈਂਟਸ ਕਰੋ ਔਰ ਮੀਡੀਆ ਦੇ ਵਿੱਚ ਜਾਓ ਬਿਨਾਂ ਸੋਚੇ ਸਮਝੇ। ਸੋ ਮੈਂ ਇਸ ਦੀ ਬੜੇ ਕੜੇ ਸ਼ਬਦਾਂ 'ਚ ਨਿੰਦਾ ਕਰਦੀ ਹਾਂ। ਬੀਤੇ ਦਿਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਦੇ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ਼ ਭੱਦੀ ਸ਼ਬਦਾਵਲੀ ਬੋਲਣ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਐਸੀ ਭਾਈਚਾਰੇ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਅਤੇ ਥਾਂ ਥਾਂ ਤੇ ਸੁਨੀਲ ਜਾਖੜ ਦੇ ਪੁਤਲੇ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਇਸੇ ਦੇ ਚੱਲਦੇ ਦੀਨਾਨਗਰ ਤੋਂ ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਵੀ ਸੁਨੀਲ ਜਾਖੜ ਦੇ ਇਸ ਬਿਆਨ ਨੂੰ ਨਿੰਦਣਯੋਗ ਕਿਹਾ ਅਤੇ ਉਹਨਾਂ ਕਿਹਾ ਕਿ ਇਹੋ ਜਿਹੇ ਸੀਨੀਅਰ ਲੀਡਰਾਂ ਦੇ ਮੂੰਹੋਂ ਅਜਿਹੇ ਲਫ਼ਜ਼ ਸ਼ੋਭਾ ਨਹੀਂ ਦਿੰਦੇ। ਉਹਨਾਂ ਕਿਹਾ ਕਿ ਸੀਨੀਅਰ ਲੀਡਰਾਂ ਦੀ ਬਦੌਲਤ ਹੀ ਕਾਂਗਰਸ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਹੋਰ ਕੀ ਕਹਿਣਾ ਸੀ ਉਹਨਾਂ ਦਾ, ਆਓ ਦਿਖਾਉਂਦੇ ਹਾਂ ਤੁਹਾਨੂੰ। ਜਾਖੜ ਸਾਹਿਬ ਸਾਡੇ ਬਹੁਤ ਹੀ ਸਨਮਾਨਯੋਗ ਲੀਡਰ ਰਹੇ ਨੇ ਔਰ ਕਾਂਗਰਸ ਪਾਰਟੀ ਦੀ ਹਮੇਸ਼ਾ ਇਤਿਹਾਸ ਰਿਹਾ ਹੈ ਕਿ ਇੱਕ ਸੈਕੂਲਰ ਪਾਰਟੀ ਹੈ ਔਰ ਹਰ ਧਰਮ ਦੇ ਹਰ ਜਾਤੀ ਦੇ ਲੋਕ ਜਿਹੜੇ ਨੇ ਇਸ ਪਾਰਟੀ ਦੇ ਵਿੱਚ ਨੇ ਔਰ SC ਕਮਿਊਨਿਟੀ ਦੇ ਇਹ ਕਾਂਗਰਸ ਪਾਰਟੀ ਦੀ ਰੀੜ੍ਹ ਦੀ ਹੱਡੀ ਹੈ, ਬੈਕਬੋਨ। ਸੋ ਪਿਛਲੇ ਦਿਨਾਂ ਦੇ ਵਿੱਚ ਜਾਖੜ ਸਾਹਿਬ ਨੇ ਜਿਹੜੇ ਕਿ ਸਾਡੇ ਗੁਰਦਾਸਪੁਰ ਦੇ MP ਵੀ ਰਹਿ ਚੁੱਕੇ ਨੇ ਉਹਨਾਂ ਨੇ ਬਹੁਤ ਹੀ ਇੱਕ SC ਕਮਿਊਨਿਟੀ ਦੇ ਵਾਸਤੇ ਇੱਕ ਬਹੁਤ ਹੀ ਘਟੀਆ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਜਿਹੜੀ ਕਿ ਬਹੁਤ ਹੀ ਨਿੰਦਨੀਏ ਹੈ ਔਰ ਸਾਰਿਆਂ ਨੂੰ ਬਹੁਤ ਇਸ ਗੱਲ ਦੀ ਠੇਸ ਪਹੁੰਚੀ ਹੈ ਕਿ ਉਹਨਾਂ ਦੀ ਜਿਹੜੀ ਚੋਇਸ ਆਫ ਵਰਡ ਸੀ, ਜਿਹੜੀ ਸ਼ਬਦਾਵਲੀ ਸੀ ਉਹ ਬਹੁਤ ਹੀ ਘਟੀਆ ਸੀਗੀ ਕਿ SC ਕਮਿਊਨਿਟੀ ਦਾ ਕੰਪੈਰੀਜ਼ਨ ਉਹਨਾਂ ਨੇ ਜੁੱਤੀ ਦੇ ਨਾਲ ਕੀਤਾ। ਸੋ ਇਹ ਚੀਜ਼ ਜਿਹੜੀ ਹੈ ਇਹ ਇਸ ਕਾਰਨ ਸਾਰੀ SC ਕਮਿਊਨਿਟੀ, ਸਾਰੀ ਦਲਿਤ ਕਮਿਊਨਿਟੀ ਦੇ ਵਿੱਚ ਬਹੁਤ ਭਾਰੀ ਰੋਸ ਹੈ ਔਰ ਕਈ ਕਈ ਜਗ੍ਹਾ ਤਾਂ ਉਹਨਾਂ ਦਾ ਪੁਤਲਾ ਵੀ ਫੂਕਿਆ ਗਿਆ ਹੈ ਔਰ ਇਹਦੇ ਬਾਰੇ 'ਚ ਮੈਂ ਆਪਣੀ ਪਾਰਟੀ ਹਾਈਕਮਾਂਡ ਨੂੰ ਕਹਾਂਗੀ ਕਿ ਉਹ ਜ਼ਰੂਰ ਇਹਦੇ ਬਾਰੇ 'ਚ ਕੋਈ ਕੜਾ ਰੁੱਖ ਲੈਣ ਔਰ ਇਹਦੇ ਬਾਰੇ 'ਚ ਕੋਈ ਫੈਸਲਾ ਕਰਨ, ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਸੋਚ ਹੈ ਇਹ ਬਹੁਤ ਮਾੜੀ ਸੋਚ ਹੈ ਔਰ ਇਸ ਤਰ੍ਹਾਂ ਪਾਰਟੀਆਂ ਦੇ ਵਿੱਚ ਇਸ ਤਰ੍ਹਾਂ ਦੀ ਸੋਚ ਨਹੀਂ ਹੋਣੀ ਚਾਹੀਦੀ। ਮੈਨੂੰ ਸਮਝ ਨਹੀਂ ਆ ਰਹੀ ਕਿ ਜਾਖੜ ਸਾਹਿਬ ਬੜੇ ਪੜ੍ਹੇ ਲਿਖੇ ਇਨਸਾਨ ਨੇ, ਬੜੇ ਨੇਕ ਲੋਕ ਇਨਸਾਨ ਨੇ, ਪਤਾ ਨਹੀਂ ਉਹਨਾਂ ਦੇ ਮਨ 'ਚ ਸ਼ਾਇਦ ਕਿਸੇ ਕੋਨੇ 'ਚ ਇਸ ਤਰ੍ਹਾਂ ਦੀ ਕੋਈ ਸੋਚ ਹੋ ਸਕਦਾ ਕਿ ਉਹਨਾਂ ਦੇ ਮਨ 'ਚ ਕਿਸੇ ਕੋਨੇ ਦੇ ਵਿੱਚ ਇਹ ਸੋਚ ਵੀ ਸੀ ਕਿ ਸ਼ਾਇਦ ਉਹ ਕਿਸੇ ਤਰ੍ਹਾਂ CM ਜਿਹੜਾ ਉਹ ਪਿਛਲੇ ਦਿਨਾਂ ਦੇ ਵਿੱਚ ਚੇਂਜਸ ਹੋਈਆਂ ਨੇ ਕਿ ਉਹ CM ਨਹੀਂ ਬਣ ਸਕੇ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਿਸੇ ਖਾਸ ਕਮਿਊਨਿਟੀ ਨੂੰ ਲੈ ਕੇ ਇਸ ਤਰ੍ਹਾਂ ਦੇ ਕਮੈਂਟਸ ਕਰੋ ਔਰ ਮੀਡੀਆ ਦੇ ਵਿੱਚ ਜਾਓ ਬਿਨਾਂ ਸੋਚੇ ਸਮਝੇ। ਸੋ ਮੈਂ ਇਸ ਦੀ ਬੜੇ ਕੜੇ ਸ਼ਬਦਾਂ 'ਚ ਨਿੰਦਾ ਕਰਦੀ ਹਾਂ ਔਰ ਮੈਂ ਆਪਣੀ ਪਾਰਟੀ ਹਾਈਕਮਾਂਡ ਨੂੰ ਰਿਕੁਐਸਟ ਕਰਾਂਗੀ ਕਿ ਇਸ ਤਰ੍ਹਾਂ ਦੀ ਜਿਹੜੀ ਹੈ ਮੀਡੀਆ 'ਚ ਡਾਇਰੈਕਟਲੀ ਜਾਣਾ ਔਰ ਇਸ ਤਰ੍ਹਾਂ ਦੀ ਗੱਲਾਂ ਕਰਨੀਆਂ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ। ਅੱਗੇ ਬਹੁਤ ਬੜਾ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਵੱਡੇ ਲੀਡਰਾਂ ਦੀ ਇਸ ਤਰ੍ਹਾਂ ਦੀ ਬਿਆਨਬਾਜ਼ੀਆਂ ਤੋਂ ਔਰ ਇਹਦੇ ਬਾਰੇ 'ਚ ਕੋਈ ਡਿਸਿਪਲਿਨਰੀ ਐਕਸ਼ਨ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਜ਼ਰੂਰ ਕਰੋ।